ਜੇਲਾਂ ਥਾਣੇ ਯਾਰ ਜਿੰਨੇ ਮਰਜ਼ੀ ਜੋ ਮਰਜ਼ੀ ਦਬਾ ਲੈਣ, ਦਬਣ ਤੋਂ ਬਣਾ ਨਹੀਂ ਭਾਰਤ ਨੂੰ ਕਦੇ ਨਹੀਂ ਦਬੂਗਾ। ਇਹ ਗੱਲ ਯਾਦ ਰੱਖੋ, ਭਾਰਤ ਦੇ ਮੰਗਰੇਟੇ ਨੇ ਇਕੱਲੇ ਨੇ ਤੁਹਾਡੀ ਸਾਰੀ ਗੰਦੀ ਨਸਲ ਦੇ ਪਿਛਵਾੜੇ ਚ ਦਿੱਤੀ ਪਈ ਆ। ਮੇਰੀ ਮਾਈ ਚੀਕਾਂ ਕਢਾਈਆਂ ਪਈਆਂ, ਬਾਹਰਲੇ ਮੁਲਕਾਂ ਤੱਕ ਵੀ ਚੀਕਾਂ ਸੁਣਦੀਆਂ, ਗੋਰੇ ਵੀ ਚੀਕਾਂ ਸੁਣਦੇ ਆ। ਕੀ ਤੁਹਾਨੂੰ ਵੀ ਲੱਗਦਾ ਕਿ ਜੇਕਰ ਆਪਾਂ ਸਰਕਾਰ ਅੱਗੇ ਕੋਈ ਸਵਾਲ ਰੱਖਦੇ ਆ ਜਾਂ ਪ੍ਰਸ਼ਾਸਨ ਦੇ ਅੱਗੇ ਕੋਈ ਮੰਗ ਰੱਖਦੇ ਆ ਤੇ ਉਹ ਗਲਤ ਗੱਲ ਵਾ? ਜੇ ਗਲਤ ਗੱਲ ਨਹੀਂ ਆ ਤਾਂ ਫਿਰ ਜਦੋਂ ਕੋਈ ਬੰਦਾ ਸਰਕਾਰ ਨੂੰ ਸਵਾਲ ਕਰਦਾ ਜਾਂ ਪ੍ਰਸ਼ਾਸਨ ਅੱਗੇ ਮੰਗ ਰੱਖਦਾ ਤਾਂ ਕਿਉਂ ਵੱਖਰੇ ਵੱਖਰੇ ਧੜੇਬੰਦੀਆਂ ਬਣ ਜਾਂਦੀਆਂ ਆ ਤੇ ਉਹਨੂੰ ਦਬਾਉਣ ਵਾਸਤੇ ਵੱਖਰੇ ਵੱਖਰੇ ਲੋਕ ਖੜਨ ਲੱਗ ਜਾਂਦੇ ਆ? ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਰਾਹੁਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਭਾਨਾ ਸਿੱਧੂ ਬਾਰੇ ਤੇ ਦੋ ਚਾਰ ਗੱਲਾਂ ਦੇ ਆਲੇ ਦੁਆਲੇ ਸਾਰੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ। ਇੱਕ ਵਾਰ ਦੁਬਾਰਾ ਫਿਰ ਤੋਂ ਆਪਣੇ ਮੂਹਰੇ ਮਿਸਾਲ ਪੇਸ਼ ਹੋ ਗਈ ਕਿ ਜਿਹੜਾ ਬੰਦਾ ਹੱਕ ਸੱਚ ਦੀ ਆਵਾਜ਼ ਚੱਕਦਾ ਜਾਂ ਜਿਹੜੇ ਠੱਗ ਲੋਕਾਂ ਨੂੰ ਠੱਗਦੇ ਆ ਉਹਨਾਂ ਦਾ ਕੋਈ ਚਿੱਠਾ ਖੋਲ ਕੇ ਰੱਖਦਾ ਆ ਤੇ ਉਹ ਬਹੁਤਿਆਂ ਦੀ ਅੱਖਾਂ ਵਿੱਚ ਬੰਦਾ ਰੜਕਣ ਲੱਗ ਜਾਂਦਾ। ਇਹ ਵੀਡੀਓ ਵਿੱਚ ਮੈਂ ਭਾਨੇ ਸਿੱਧੂ ਬਾਰੇ ਗੱਲ ਕਰ ਰਿਹਾ, ਭਾਵਾਂ ਮੈਂ ਉਹਨੂੰ ਪਰਸਨਲੀ ਤੌਰ ਤੇ ਨਹੀਂ ਜਾਣਦਾ ਪਰ ਜਿੰਨਾ ਕੁ ਆਪਾਂ ਸਾਰੇ ਉਹਦੇ ਬਾਰੇ ਜਾਣਦੇ ਹਾਂ ਕਿ ਉਹਦੀ ਵੀਡੀਓ ਹਮੇਸ਼ਾ ਸੋਸ਼ਲ ਮੈਸੇਜ ਹੁੰਦਾ ਹੈ ਜਾਂ ਕੋਈ ਸਰਕਾਰ ਨੂੰ ਸਵਾਲ ਹੁੰਦਾ ਆ ਜਾਂ ਜਿਹੜੇ ਕਈ ਬਾਹਰ ਭੇਜਣ ਦੇ ਨਾਮ ਤੇ ਲੋਕਾਂ ਨੂੰ ਠੱਗਦੇ ਪਏ ਆ ਉਹਨਾਂ ਦੇ ਪੈਸੇ ਤੱਕ ਦੱਬ ਕੇ ਬੈਠੇ ਆ। ਉਹਨੇ ਪਤਾ ਨੀ ਕਿੰਨੇ ਕੁ ਜਾਣਿਆਂ ਦੇ ਪੈਸੇ ਮੰਗਵਾਏ ਆ ਜਿਹੜੇ ਠੱਗ ਏਜੰਟ ਦੱਬ ਕੇ ਬੈਠੇ ਹੋਏ ਪੈਸੇ। ਨਾ ਉਹ ਪੁਲਿਸ ਤੋਂ ਨੀ ਡਰ ਰਹੇ ਸੀ, ਸਰਕਾਰ ਤੋਂ ਨੀ ਡਰ ਰਹੇ ਸੀ, ਕੇਸ ਪੈਨ ਤੋਂ ਨੀ ਸੀ ਡਰ ਰਹੇ, ਉਹ ਭਾਨੇ ਵੀਰੇ ਦੇ ਨਾਮ ਤੋਂ ਇੰਨਾ ਜ਼ਿਆਦਾ ਡਰ ਗਏ ਸੀਗੇ ਕਿ ਮਤਲਬ ਉਹਨਾਂ ਨੇ ਜ਼ਿਆਦਾ ਟਾਈਮ ਨੀ ਲਗਾਉਂਦੇ ਹੋਏ ਨਾ ਚੈੱਕ ਬਣਾਉਣੇ ਸ਼ੁਰੂ ਕਰਤੇ ਜੋ ਕਿ ਪਹਿਲਾਂ ਪੀਣੇ ਪੈਣੇ ਤੈਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਅਸੀਂ ਤੇਰੇ ਨਾਲ ਹੈਗੇ ਆ, ਮੇਰਾ ਮੇਰਾ ਕੋਈ ਲੈਣਾ ਦੇਣਾ ਨਹੀਂ ਸੀ ਹੈਗਾ, ਬਟ ਫਿਰ ਵੀ ਉਹ ਇੱਕ ਅਨਜਾਨ ਇਨਸਾਨ ਮੇਰੀ ਇੰਨੀ ਸਪੋਰਟ ਕਰ ਰਿਹਾ ਸੀਗਾ ਹੈ ਨਾ, ਇੰਟਰਨੇ ਨਾਲ ਨਾਲ ਹੈ ਨਾ ਉਹਨਾਂ ਦੀ ਗੱਲਾਂ ਮੰਨ ਲਈਆਂ ਔਰ ਡਰ ਕੇ ਉਹਨਾਂ ਨੇ ਚੈੱਕ ਬਣਾਉਣੇ ਸ਼ੁਰੂ ਕਰਤੇ। ਅੱਜ ਦੇ ਸਮੇਂ ਵਿੱਚ ਆਪਾਂ ਸਾਰਿਆਂ ਨੂੰ ਪਤਾ ਜੇਕਰ ਕੋਈ ਠੱਗ ਏਜੰਟ ਕਿਸੇ ਨੂੰ ਬਾਹਰ ਭੇਜਣ ਦੇ ਨਾਮ ਤੇ ਪੈਸੇ ਦੱਬ ਕੇ ਬੈਠ ਜਾਵੇ ਉਹ ਜਾਂ ਤਾਂ ਪੈਸੇ ਮਰੇ ਸਮਝ ਲਓ ਤੇ ਜਾਂ ਤਾਂ ਬਹੁਤ ਹੀ ਘੱਟ ਆਪਣੇ ਪੈਸੇ ਮੁੜਦੇ ਆ। ਪਰ ਜੇਕਰ ਭਾਨਾ ਸਿੱਧੂ ਪੈਸੇ ਮੁੜਵਾਉਂਦਾ ਪਿਆ ਸੀਗਾ, ਕਿਸੇ ਦਾ 25 ਲੱਖ ਮੁੜਾ ਦਿੱਤਾ, ਕਿਸੇ ਦਾ 20 ਲੱਖ ਮੁੜਵਾ ਦਿੱਤਾ, ਤਾਂ ਵੀ ਅੱਖਾਂ ਵਿੱਚ ਰੜਕਣ ਲੱਗ ਗਈ ਕਿ ਹਾਂ ਵੀ ਇਹ ਲੋਕਾਂ ਦੀ ਭਲਾਈ ਦਾ ਕੰਮ ਕਿੱਦਾਂ ਕਰਦਾ ਪਿਆ। ਅੱਜ ਦੇ ਸਮੇਂ ਵਿੱਚ ਆਪਾਂ ਨੂੰ ਵੀ ਪਤਾ ਕਿ ਕੋਈ ਵੀ ਪੈਸੇ ਵਾਪਸ ਮੁੜਵਾਉਂਦਾ ਤੱਕ ਨਹੀਂ, ਉਹ ਵੀ ਬਿਨਾਂ ਕਿਸੇ ਲਾਲਚ ਤੋਂ। ਚਲੋ ਮੈਂ ਆਪਣੀ ਗੱਲ ਕਰ ਲੈਂਦਾ, ਮੇਰਾ ਇੱਕ ਬਹੁਤ ਕਰੀਬੀ ਦੋਸਤ ਵਾ, ਉਹਨੇ ਆਪਣੀ ਬਾਹਰ ਜਾਣ ਦੀ ਫਾਈਲ ਲਵਾ ਲਈ ਇੱਕ ਏਜੰਟ ਤੋਂ। ਏਜੰਟ ਨੇ ਉਹਨੂੰ ਆਈਲੈਂਡਸ ਦਾ ਕਿਹਾ, ਉਹਨੇ ਆਈਲੈਂਡਸ ਕਰ ਲਈ। ਏਜੰਟ ਨੇ ਉਹਨੂੰ 9.5 ਲੱਖ ਫੀਸ ਦਾ ਕਿਹਾ, ਉਹਨੇ ਫੀਸ ਸਾਰੀ ਇੱਕ ਵਾਰੀ ਪਾ ਦਿੱਤੀ ਕਿ ਚੱਲ ਕੰਮ ਸ਼ੁਰੂ ਹੋ ਜਾਊਗਾ। ਤੇ ਬਾਅਦ ਚੋਂ ਹਨਾ ਜਿਹੜਾ ਏਜੰਟ ਸੀਗਾ ਲਾਰੇ ਲਾਉਣ ਲੱਗ ਪਿਆ ਕਿ ਤੇਰਾ ਮੈਂ ਯੂਨੀਵਰਸਿਟੀ ਵਿੱਚ ਅਪਲਾਈ ਕਰਤਾ ਆ, ਹਲੇ ਅਪਰੂਵਲ ਨਹੀਂ ਆਈ, ਹਨਾ ਹਲੇ ਲੈਟਰ ਨਹੀਂ ਆਈ, ਏਦਾਂ ਲਾਰੇ ਲਾਉਂਦਾ ਰਿਹਾ ਤੇ ਜਿਹੜਾ ਇਨਟੇਕ ਲੱਗਣਾ ਸੀਗਾ ਉਹ ਨਿਕਲ ਗਿਆ। ਉਹਦੇ ਘਰਦਿਆਂ ਨੇ ਕਿਹਾ ਕਿ ਜੇਕਰ ਨਹੀਂ ਗੱਲ ਬਣਦੀ ਤੇ ਜਿਹੜੀ ਅਸੀਂ ਫੀਸ ਦਿੱਤੀ ਉਹ ਸਾਨੂੰ ਵਾਪਸ ਕਰ ਦੇਵੇ, ਜਿਹੜੇ ਤੁਹਾਡੇ ਆਪਣੇ ਫਾਈਲ ਚਾਰਜਿਸ ਹੈਗੇ ਉਹ ਭਾਵਾਂ ਕੱਟ ਲਵੇ, ਬਾਕੀ ਫੀਸ ਭਾਵਾਂ ਵਾਪਸ ਕਰ ਦੇਵੇ। ਤੇ ਉਹ ਹਲੇ ਤੱਕ ਫੀਸ ਉਹਨੇ ਵਾਪਸ ਨਹੀਂ ਮੋੜੀ ਤੇ ਗੱਲ ਨੂੰ 1.5 ਸਾਲ ਹੋ ਚੱਲਾ ਆ। ਤੇ ਜੇਕਰ ਉਹਨੂੰ ਕੋਈ ਕਹਿੰਦੇ ਆ ਕਿ ਤੂੰ ਹਲੇ ਤੱਕ ਫੀਸ ਨਹੀਂ ਦਿੱਤੀ, ਉਹ ਕਹਿੰਦਾ ਤੁਸੀਂ ਜੋ ਮਰਜ਼ੀ ਕਰ ਲਓ, ਕਹਿੰਦਾ ਮੈਂ ਆਪਣੇ ਹਿਸਾਬ ਨਾਲ ਜਦੋਂ ਮਰਜ਼ੀ ਵਾਪਸ ਕਰੂੰਗਾ। ਜੇਕਰ ਤੁਸੀਂ ਕਿਸੇ ਨੂੰ ਕੁਛ ਕਹਿੰਦੇ ਆ ਤੇ ਮੈਂ ਕੰਮ ਬੰਦ ਕਰ ਲੈਣਾ, ਫਿਰ ਜਿੱਦਾਂ ਮਰਜ਼ੀ ਦੇਖ ਲਓ ਕਿ ਪੈਸੇ ਕਿੱਦਾਂ ਮੁੜਦੇ ਹੈਗੇ ਆ। ਤੇ ਹੁਣ ਜਿਹੜਾ ਬੰਦਾ ਜਿਹਦੇ ਪੈਸੇ ਫਸੇ ਹੁੰਦੇ ਆ ਉਹ ਵਾਧੂ ਘਾਟੂ ਗੱਲ ਕਰਨ ਤੋਂ ਵੀ ਡਰਦਾ, ਲੜਨ ਤੋਂ ਵੀ ਡਰਦਾ ਕਿ ਪਤਾ ਮੇਰੇ ਪੈਸੇ ਨਾ ਮਰ ਜਾਣ। 9.5 ਲੱਖ ਰੁਪਇਆ ਥੋੜਾ ਤਾਂ ਹੁੰਦਾ ਨਹੀਂ ਹੈਗਾ, ਤੇ ਤਾਂ ਕਰਕੇ ਬੰਦਾ ਕਿਤੇ ਨਾ ਕਿਤੇ ਦੱਬ ਜਾਂਦਾ ਜਾਂ ਡਰ ਜਾਂਦਾ ਕਿ ਯਾਰ ਮੇਰੇ ਪੈਸੇ ਨਾ ਮਰ ਜਾਣ, ਨਹੀਂ ਤਾਂ ਲੜਨ ਨੂੰ ਤਾਂ ਸਾਰੇ ਯਾਰ ਸ਼ੇਰ ਵਾ। ਅੱਜ ਕੱਲ੍ਹ ਕਿਹਦੇ ਪਿੱਛੇ ਨਹੀਂ ਸਪੋਰਟ ਹੈਗੀ, ਜਿਹੜਾ ਮਰਜ਼ੀ ਬੰਦਾ ਹੋਵੇ ਹਰੇਕ ਦੇ ਮਗਰ ਕੋਈ ਨਾ ਕੋਈ ਹੈਗਾ ਆ, ਸਿਰਫ ਬੰਦਾ ਤਾਂ ਡਰਦਾ ਕਿ ਮੇਰੇ ਪੈਸੇ ਨਾ ਮਰ ਜਾਣ। ਲੋ ਹੁਣ ਮੈਨੂੰ ਦੱਸੋ ਕੌਣ ਉਹਨਾਂ ਦਾ ਸਾਥ ਦਊਗਾ, ਕੌਣ ਉਹਨਾਂ ਦੇ ਪੈਸੇ ਮੜਵਾਉਂਦਾ? ਭਾਨਾ ਸਿੱਧੂ ਤਾਂ ਚਲੋ ਚੱਲ ਗਿਆ ਹਨਾ, ਉਹਨੂੰ ਮਤਲਬ ਕਿ ਪਰਚੇ ਪੈ ਗਏ ਉਹਦੇ ਤੇ, ਕਿਹੜਾ ਲੋਕਲ ਲੀਡਰ, ਕਿਹੜਾ ਪੁਲਿਸ ਪ੍ਰਸ਼ਾਸਨ ਖੜਦਾ ਹੁਣ ਉਹਨਾਂ ਦੇ ਪੈਸੇ ਮੜਵਾ ਦਿਓ, ਮੈਂ ਦਿੰਦਾ ਉਹਨਾਂ ਦਾ ਐਡਰੈਸ, ਕਿਹੜਾ ਦੱਸੋ ਖੜਦਾ ਹੁਣ? ਜਿਹੜੇ ਕਈ ਠੱਗ ਏਜੰਟ ਬਾਹਰ ਭੇਜ ਦੇ ਨਾਮ ਤੇ ਲੋਕਾਂ ਦਾ ਇੰਨਾ ਪੈਸਾ ਦੱਬ ਕੇ ਬੈਠੇ ਆ, ਉਹ ਪੈਸਾ ਮੜਵਾਉਣ ਵਿੱਚ ਆਪਣਾ ਪੁਲਿਸ ਪ੍ਰਸ਼ਾਸਨ ਸਾਥ ਦੇ ਸਕਦਾ ਜਾਂ ਲੋਕਲ ਲੀਡਰ ਵੀ ਆਪਣਾ ਸਾਥ ਦੇ ਸਕਦਾ,
ਪਰ ਕਈ ਸਿਰਦਰਦੀ ਲੈ ਕੇ ਰਾਜੀ ਤੱਕ ਨਹੀਂ ਹੈਗੇ, ਜਾਂ ਇੰਨਾ ਤੱਕ ਕਈ ਕਹਿ ਦਿੰਦੇ ਆ ਕਿ ਸਾਨੂੰ ਕਿਹੜਾ ਪੁੱਛ ਕੇ ਦਿੱਤੇ ਸੀਗੇ। ਹੁਣ ਜਿਹੜਾ ਇਹ ਪਰੇਸ਼ਾਨੀ ਵਿੱਚ ਪੈ ਗਿਆ, ਜਿਹਦੇ ਪੈਸੇ ਦੱਬ ਗਏ, ਅਤੇ ਉਹ ਆਪਣੀ ਪਰੇਸ਼ਾਨੀ ਲੈ ਕੇ ਜਾਵੇ ਕਿਹਦੇ ਕੋਲ ਫਿਰ? ਠੀਕ ਆ, ਅਤੇ ਜੇ ਜਾਂ ਤਾਂ ਉਹਦੇ ਪਰਿਵਾਰ ਨੂੰ ਪਤਾ ਹੁੰਦਾ ਕਿ ਕੀ ਬੀਤਦੀ ਆ, ਜਾਂ ਤਾਂ ਉਸ ਖੁਦ ਬੰਦੇ ਨੂੰ ਪਤਾ ਹੁੰਦਾ ਕਿ ਕਿੰਨਾ ਵਿਆਜ ਚੜਿਆ ਹੋਇਆ, ਕਿੰਨਾ ਕਰਜ਼ਾ ਚੜਿਆ ਹੋਇਆ, ਉਸਨੂੰ ਪਤਾ ਹੁੰਦਾ ਕਿ ਮੇਰੇ 'ਤੇ ਕੀ ਬੀਤਦੀ ਪਈ ਆ। ਪਰ ਜੇ ਕੋਈ ਜਿੰਮਾ ਚੱਕਦਾ ਆ ਕਿ ਹੈ ਨਾ ਠੱਗ ਏਜੰਟਾਂ ਤੋਂ ਪੈਸੇ ਮੁੜਵਾਉਣ ਦਾ, ਹੈ ਨਾ ਜਿੰਮਾ ਚੱਕਦਾ, ਫਿਰ ਵੀ ਲੋਕਾਂ ਦੇ ਆਪਣੇ ਰੜਕਣ ਲੱਗ ਰਹੀ ਆ ਕਿ ਇਹ ਕਿੱਦਾਂ ਕੰਮ ਕਰਦਾ ਪਿਆ। ਹੁਣ ਉਹਨਾਂ ਵਰਗੇ ਠੱਗਾਂ ਨੂੰ ਜੇ ਕੋਈ ਠੱਲ ਪਾਉਂਦਾ ਸੀਗਾ, ਜਾਂ ਜਿੱਦਾਂ ਉਹਨਾਂ ਦੀ ਬੋਲੀ ਆ ਉਹਨਾਂ ਦੀ ਉਸ ਹਿਸਾਬ ਨਾਲ ਬੋਲੀ ਵਿੱਚ ਗੱਲ ਕਰਦਾ ਸੀਗਾ, ਜੇ ਕੋਈ ਤੂੰ ਕਹਿ ਕੇ ਗੱਲ ਕਰਦਾ ਅਤੇ ਉਹਨੂੰ ਤੂੰ ਕਹਿੰਦਾ, ਜਾਂ ਕੋਈ ਗਾਲ ਕੱਢ ਕੇ ਜੇ ਗੱਲ ਕਰਦਾ ਅਤੇ ਉਹਨੂੰ ਗਾਲ ਕੱਢਦਾ, ਫਿਰ ਚੁੱਭਦਾ ਕਿਉਂ ਆ? ਨਾਲੇ ਇੱਕ ਗੱਲ ਉਹਨਾਂ ਠੱਗਾਂ ਨੂੰ ਮੈਂ ਕਹਿਣੀ ਚਾਹੁੰਦਾ ਕਿ ਜੇਕਰ ਤੁਹਾਡਾ ਨਹੀਂ ਯਾਰ ਲਿੰਕ ਹੈਗਾ ਬਾਹਰ ਭੇਜਣ ਦਾ, ਜਾਂ ਤੁਹਾਡੀ ਇੰਨਾ ਕੁ ਨਹੀਂ ਔਕਾਤ ਹੈਗੀ, ਤਾਂ ਫਿਰ ਕਿਉਂ ਲੋਕਾਂ ਦਾ ਟਾਈਮ ਖਰਾਬ ਕਰਦੇ ਆ, ਜਾਂ ਲੋਕਾਂ ਦਾ ਕਿਉਂ ਪੈਸਾ ਦੱਬਦੇ ਆ? ਜਿਹੜਾ ਤਾਂ ਇਹਨਾਂ ਨਾਲ ਸਿੱਧੀ ਟੱਕਰ ਲੈਂਦਾ ਉਹ ਤਾਂ ਫਿਰ ਚੁੱਭਦਾ ਹੀ ਆ ਜੀ, ਆਖਰ ਇਹ ਗਲਤ ਬੋਲਦਾ, ਇਹਨੂੰ ਬੋਲਣ ਦੀ ਅਕਲ ਨਹੀਂ ਹੈਗੀ, ਇਹਦਾ ਕੰਮ ਕਰਾਉਣ ਦਾ ਤਰੀਕਾ ਗਲਤ ਵਾ। ਅਤੇ ਹੁਣ ਮੈਨੂੰ ਕੋਈ ਇਹ ਦੱਸੇ, ਜਿਹੜੇ ਠੱਗ ਲੋਕਾਂ ਨੂੰ ਠੱਗਦੇ ਆ ਉਹ ਕਿਹੜੇ ਕਾਨੂੰਨ ਵਿੱਚੋਂ ਅੱਗਿਆ ਲੈ ਕੇ ਠੱਗਦੇ ਆ? ਕੀ ਗੱਲ ਉਹਨਾਂ ਲਈ ਕੋਈ ਕਾਨੂੰਨ ਨਹੀਂ? ਜਾਂ ਤਾਂ ਫਿਰ ਅਖੀਰ ਵਿੱਚ ਆਪਾਂ ਆਹੀ ਕਹਿ ਸਕਦੇ ਜਿੱਦਾਂ ਹਰ ਵਾਰ ਦੀ ਤਰ੍ਹਾਂ ਕਿ ਕੁੱਤੀ ਚੋਰਾਂ ਨਾਲ ਹਮੇਸ਼ਾ ਰਲੀ ਹੁੰਦੀ ਹੈ।